ਲੱਗਾ ਕੀ ਹਾਲ ਚਾਲ ਠੀਕ ਹੋ ਗਏ ਅਸਲਾਮ ਅਲੈਕੁਮ ਕੀ ਹਾਲ ਚਾਲ ਮੈਂ ਉਮੀਦ ਕਰਨੀ ਆ ਤੁਸੀਂ ਠੀਕ ਹੋ ਦੇ ਅੰਮੀ ਰੋਟੀਆਂ ਪਰ ਬਣਾਉਂਦੇ ਸਨ ਅਤੇ ਮੈਂ ਨਾ ਨਾਸ਼ਤਾ ਕਰਨ ਲੱਗੀ ਸਨ ਅਤੇ ਮੈਂ ਕਿਹਾ ਮੈਂ ਨਾਲੇ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਾਂ ਅਤੇ ਨਾਲੇ ਮੇਰੇ ਤੋਤੀ ਅਤੇ ਤੋਤੇ ਨੇ ਦਾਣੇ ਖਾ ਲਏ ਨੇ ਅਤੇ ਉਹ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਅਤੇ ਬਹੁਤ ਜ਼ਿਆਦਾ ਖੁਸ਼ ਹੋਏ ਨੇ ਅਤੇ ਮੈਂ ਅੰਮੀ ਨਾਲ ਬੈਠ ਨਾਲ ਨਾਸ਼ਤਾ ਕਰ ਲਵਾਂ ਨਾਲੇ ਮੇਰਾ ਨਾ ਨਾਸ਼ਤਾ ਵੇਖੋ ਮੈਂ ਕਿਹੜਾ ਕਰਨੀ ਆ ਅੰਮੀ ਇਹਦੇ ਰੋਟੀਆਂ ਵੀ ਬਣਾਉਂਦੇ ਨੇ ਵੇਖੋ ਮਾਵਾਂ ਦੇ ਹੱਥ ਦੀ ਕਿੱਡੀਆਂ ਸੋਹਣੀਆਂ ਰੋਟੀਆਂ ਹੁੰਦੀਆਂ ਨੇ ਬੜੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਹਨੂੰ ਮਾਂ ਪਕਾ ਕੇ ਦੇਵੇ ਨਾ ਅਤੇ ਖਾਈਏ ਚਾਰ ਨਾਲ ਖਾਣ ਲੱਗੀ ਆ ਆ ਜਾਓ ਮੇਰੇ ਭੈਣ ਭਰਾ ਜਿੰਨੇ ਜਿੰਨੇ ਖਾਣਾ ਖਾ ਲਓ ਆ ਕੇ ਵੈਸੇ ਤੇ ਮੰਮੀ ਆਂਡਾ ਵੀ ਬਣਾਉਂਦੇ ਨੇ ਖਾਂਡਾ ਬਣ ਗਿਆ ਆਇਓ ਜਿਹੜੇ ਜਿਹੜੇ ਮੇਰੇ ਭੈਣ ਭਰਾ ਨੇ ਖਾਣਾ ਨਾਸ਼ਤਾ ਕਰਨਾ ਆਇਓ ਹਾਂ ਕੀ ਕਰਨ ਲੱਗੇ ਪਾਦੇ
ਸਾਰ ਨਾਲ ਰੋਟੀ ਖਾਣੀ ਆਪਣੇ ਮਜ਼ਾ ਆਉਂਦਾ ਤੁਹਾਨੂੰ ਮੈਂ ਆਪਣੇ ਤੋਤੋ ਵਹਾਵਾਂ ਮੈਂ ਕੋਲ ਹੀ ਰੱਖ ਕੇ ਨਾ ਕਿਚਨ ਵਿੱਚ ਬੈਠੀ ਹਾਂ ਤੋਤਿਆਂ ਨੂੰ ਹੁਣ ਰੱਜੇ ਨੇ ਹੁਣ ਸਕੂਨ ਦੇ ਨਾਲ ਬੈਠੇ ਨੇ ਤੇ ਕੈਸਾ ਲੱਗਾ ਇੱਦਾਂ ਮੇਰਾ ਨਾਸ਼ਤਾ ਹੁਣ ਮੈਂ ਮੇਰੀ ਚਾਹ ਬਣ ਗਈ ਮੈਂ ਚਾਹ ਪੀ ਲਵਾਂ ਤੇ ਨਾਲੇ ਹੁਣ ਮੇਰਾ ਭਰਾ ਵੀ ਆ ਗਿਆ ਨਾਸ਼ਤਾ ਕਰਨ ਤੇ ਹੁਣ ਮੰਮੀ ਉਹਨੂੰ ਵੀ ਬਣਾ ਕੇ ਦੇਣ ਲੱਗੇ ਨੰਡਾ ਤੇ ਮੇਰੀ ਚਾਹ ਕਿੱਥੇ ਜੇ ਮਾਵਾਂ ਦੇ ਖਾਣਾ ਆਪਣੇ ਮਜ਼ਾ ਆਉਂਦਾ ਅੱਲਾ ਪਾਕ ਹਰ ਕਿਸੇ ਦੀ ਮਾਂ ਨੂੰ ਸਲਾਮਤ ਰੱਖੇ ਲੰਮੀ ਹਯਾਤੀ ਦੇਵੇ ਤੇ ਅੱਜ ਦੀ ਵੀਡੀਓ ਨਾਲ ਮੈਂ ਅਲਵਿਦਾ ਲੈਂਦੀ ਹਾਂ ਆਖੋ ਖੁਦਾ ਹਾਫਿਜ਼ ਖੁਦਾ ਹਾਫਿਜ਼ ਅਗਰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਤਮਾਮ ਵੀਡੀਓ ਤਮਾਮ ਵੀਜ਼ਾ ਤੱਕ ਪਹੁੰਚ ਸਕਣ ਅੱਲਾ ਹਾਫਿਜ਼